ਬੇਰੁਜ਼ਗਾਰੀ ਨੇ ਕੀਤਾ ਇੱਕ ਹੋਰ ਘਰ ਤਬਾਹ। ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ। ਸ੍ਰੀ ਮਾਛੀਵਾੜਾ ਸਾਹਿਬ ਦੇ ਸਥਾਨਕ ਗਾਮੇ ਸ਼ਾਹ ਦੇ ਮੁਹੱਲਾ ਨਿਵਾਸੀ ਨੇ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਣ ਅਵਿਨਾਸ਼ ਵਜੋਂ ਹੋਈ ਹੈ। ਦੱਸ ਦਈਏ ਕਿ ਮ੍ਰਿਤਕ ਦੀ ਉਮਰ ਕੇਵਲ 19 ਸਾਲ ਦੱਸੀ ਜਾ ਰਹੀ ਹੈ, ਜਿਸਨੇ ਬੇਰੁਜ਼ਗਾਰੀ ਤੋਂ ਪਰੇਸ਼ਾਨ ਹੋ ਕੇ ਘਰ ਦੇ ਵਿੱਚ ਹੀ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਉੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਨੇ ਮਾਛੀਵਾੜਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹਨਾਂ ਦਾ ਪੁੱਤਰ ਅਵਿਨਾਸ਼ 7ਵੀਂ ਜਮਾਤ ਪਾਸ ਸੀ ਤੇ ਪਿਛਲੇ ਕਈ ਮਹੀਨਿਆਂ ਤੋਂ ਰੁਜ਼ਗਾਰ ਨਾ ਮਿਲਣ ਕਾਰਨ ਪਰੇਸ਼ਾਨ ਅਤੇ ਮਾਨਸਿਕ ਤਣਾਅ ਵਿੱਚ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਵੀ ਉਹ ਘਰ ਦੇ ਵਿੱਚ ਮੌਜੂਦ ਸੀ ਤੇ ਮੋਬਾਈਲ ਦੇਖ ਰਿਹਾ ਸੀ ਕਿ ਅਚਾਨਕ ਨਾਲ ਲੱਗਦੇ ਕਮਰੇ ਦੇ ਵਿੱਚ ਗਿਆ, ਜਿੱਥੇ ਉਸਨੇ ਚੁੰਨੀ ਦਾ ਗਲ ਫਾਹਾ ਬਣਾ ਕੇ ਛੱਤ ਦੇ ਨਾਲ ਲੱਗੀ ਹੁੱਕ ਦੇ ਵਿੱਚ ਫਸਾਇਆ ਤੇ ਆਤਮ ਹੱਤਿਆ ਕਰ ਲਈ। ਅਚਾਨਕ ਜਦੋਂ ਉਸਦੀ ਮਾਂ ਨਾਲ ਲੱਗਦੇ ਕਮਰੇ ਦੇ ਵਿੱਚ ਪਹੁੰਚੀ ਤਾਂ ਆਪਣੇ ਨੌਜਵਾਨ ਪੁੱਤ ਦੀ ਲਾਸ਼ ਛੱਤ ਦੇ ਨਾਲ ਲਟਕਦੀ ਦੇਖ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਤੇ ਘਰ ਦੇ ਵਿੱਚ ਚੀਕ ਚਿਹਾੜਾ ਪੈ ਗਿਆ। ਦੱਸ ਦਈਏ ਕਿ ਚੁੰਨੀ ਨੂੰ ਕੱਟ ਕੇ ਜਦੋਂ ਅਵਿਨਾਸ਼ ਨੂੰ ਥੱਲੇ ਉਤਾਰਿਆ ਗਿਆ ਤਾਂ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਕਰਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤੇ ਧਾਰਾ 174 ਤਹਿਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਮੇਰਾ ਨਾਮ ਦਰਸ਼ਨ ਲਾਲ ਜੀ। ਕਿਹੜੇ ਜਗ੍ਹਾ ਤੋਂ? ਮਾਛੀਵਾੜਾ ਸਾਹਿਬ ਤੋਂ। ਮਾਛੀਵਾੜਾ ਕਿਹੜਾ ਮੁੱਲਾ? ਮੁੱਲਾ ਜੀ ਕਿਹੜਾ? ਗੁਰੂ ਨਾਨਕ ਮੁੱਲਾ। ਗੁਰੂ ਨਾਨਕ ਮੁੱਲਾ? ਹਾਂਜੀ। ਤੇ ਕੀ ਹੋਇਆ ਜੋ ਅੱਜ ਹੋਇਆ? ਤੁਹਾਡਾ ਬੇਟਾ ਸੀ? ਹਾਂਜੀ, ਮੇਰਾ ਲੜਕਾ ਸੀ। ਕਿੰਨੀ ਉਮਰ? ਕੀ ਨਾਮ ਸੀ? 19 ਸਾਲ ਸੀ, ਅਵਿਨਾਸ਼ ਨਾਮ ਸੀ। ਕੀ ਹੋਇਆ ਜੀ? ਇਹ ਘਰੇ ਬੈਠਾ ਕਹੀ ਜਾਂਦਾ ਰਹਿੰਦਾ, ਮੈਨੂੰ ਕੰਮ ਨਹੀਂ ਮਿਲਦਾ, ਮੈਂ ਕੰਮ ਕਰਨਾ ਵਾਂ। ਫਿਰ ਮੁੜ ਕੇ ਮੋਟਰਸਾਈਕਲਾਂ ਦਾ ਸਿੱਖਣ ਲੱਗ ਪਿਆ ਜੀ। ਮੋਟਰਸਾਈਕਲਾਂ ਤੋਂ ਬਾਅਦ ਘਰੇ ਬੈਠਾ ਰਹਿੰਦਾ, ਲੜਦਾ ਰਹਿੰਦਾ, ਮਾੜੀ ਮਾੜੀ ਗੱਲ 'ਤੇ ਹਾਰ ਕੇ ਦੇਣਾ। ਮੁੜ ਕੇ ਫਿਰ ਪਤਾ ਨਹੀਂ ਲੱਗਿਆ ਅੱਜ, ਮੈਂ ਤਾਂ ਕੰਮ 'ਤੇ ਸੀ ਜੀ, ਦਿਹਾੜੀ 'ਤੇ। ਅਤੇ ਹੋਇਆ ਕੀ ਸੀਗਾ? ਹੋਇਆ ਕੁਛ ਵੀ ਨਹੀਂ ਜੀ, ਘਰੇ ਤਾਂ ਕੋਈ ਗੱਲ ਨਹੀਂ ਹੋਈ ਸਾਡੀ। ਲਹਿਦਾ ਕਮਰੇ 'ਚ ਬੈਠਾ ਸੀ? ਨਾ ਜੀ ਨਾ, ਇੱਥੇ ਆਪਣੇ ਭਰਜਾਈ ਕੋਲ ਬੈਠਾ ਸੀ, ਆਪਣੀ ਭਰਜਾਈ ਕੋਲ ਬੈਠਾ ਬੈਠਾ ਉੱਧਰ ਚਲੇ ਗਿਆ ਦੂਏ ਕਮਰੇ 'ਚ ਨਾਲ। ਇਹਦੇ ਕੋਈ ਪਤਾ ਨਹੀਂ ਜੀ ਸਾਨੂੰ, ਤਾਂ ਕੋਈ ਪਤਾ ਹੀ ਨਹੀਂ ਸੀ। ਇਸ ਗੱਲ ਦਾ ਪਤਾ ਹੁੰਦਾ ਤਾਂ ਫਿਰ ਸਾਨੂੰ ਵੀ ਆਹ ਗੱਲ ਕਰਨੀ। ਮੈਂ ਸਵੇਰੇ ਕੰਮ 'ਤੇ ਗਿਆ ਜੀ। ਨਹੀਂ ਪਤਾ ਨਹੀਂ ਮੈਨੂੰ ਇਸ ਗੱਲ ਦਾ, ਤਾਂ ਮੈਨੂੰ ਪਤਾ ਨਹੀਂ ਅਜੇ, ਮੈਂ ਤਾਂ ਘਰ ਜਾ ਕੇ ਵੀ ਨਹੀਂ ਵੜਿਆ। ਸਰ ਸੁਸਾਈਡ ਦਾ ਕੀ ਮਾਮਲਾ ਜੀ ਇਹ? ਉਹਦੀ ਮਾਤਾ ਨੇ ਸਾਡੇ ਕੋਲ ਬਿਆਨ ਲਿਖਾਇਆ ਜੀ ਅੱਜ ਆ ਗਿਆ, ਹੁਣ ਮਤਲਬ ਕਰੀਬ 5 ਵਜੇ। ਪੂਰੀ ਮਾਂ ਨੂੰ ਹੈ ਸਰੋਜ ਰਾਣੀ, ਘਰ ਵਾਲੇ ਨੂੰ ਹੈਗਾ ਦਰਸ਼ਨ ਲਾਲ। ਅੱਛਾ ਜੀ। ਬੇਟੇ ਦੀ ਉਮਰ ਹੈਗੀ 19 ਸਾਲ, ਅਵਿਨਾਸ਼ ਦੀ ਜੀ। ਉਹ ਕਹਿੰਦੀ ਵੀ ਮਤਲਬ 7ਵੀਂ ਕਲਾਸ ਪਾਸ ਤਾਂ ਉਹਦੇ ਪਾਸ, ਕਹਿੰਦੀ ਉਹ ਵਿਹਲਾ ਰਹਿੰਦਾ, ਉਹਨੂੰ ਕੰਮ ਕਰ ਨਹੀਂ ਮਿਲਦਾ ਤਾ, ਪੂਰੀ ਉਹ ਟੈਨਸ਼ਨ 'ਚ ਤਾ, ਟੈਨਸ਼ਨ ਕਰਨ ਦੇ ਵਿੱਚ ਘਰ ਦੇ ਵਿੱਚ ਚੁੱਪ ਚਾਪ ਹੀ ਰਹਿੰਦਾ ਤਾ। ਉਹ ਪਹਿਲਾਂ ਕਹਿੰਦੀ ਮੇਰੇ ਕੋਲ ਚਾਹ ਪਾਣੀ ਪੀਤਾ, ਉਹਦੇ ਬਾਅਦ ਕਹਿੰਦੀ ਵੀ ਮੈਂ 11 ਵਜੇ ਕਰੀਬ ਆਪਣੇ ਗਈ ਕਮਰੇ 'ਚ, ਤਾਂ ਹੁਣ ਦੇਖਿਆ ਗੱਜ ਚੁੰਨੀ ਪਾਈ ਵੀ ਪੱਖੇ ਦੀ ਕੁੰਡੀ ਨੇ ਲੱਗ ਗਿਆ। ਮਤਲਬ ਕੋਈ ਸੂਸਾਈਡ ਨੋਟ ਵੀ ਮਿਲਿਆ ਜੀ? ਸੂਸਾਈਡ ਨੋਟ ਕੋਈ ਨਹੀਂ ਮਿਲਿਆ ਜੀ। ਕੋਈ ਕਿਹਦੀ ਕਦੇ ਕਿਹੜੀ ਧਾਰਤ ਕਾਫੀ ਕੀਤੀ ਜਾ ਰਹੀ ਜੀ? ਉਹ 174 ਜੀ ਆਰ ਪੀ ਦੀ ਧਾਰਾ ਨਾਲ ਜ਼ਿੰਦਗੀ ਦੇ ਕੋਈ ਕਿਸੇ ਦਾ ਕਸੂਰ ਨਹੀਂ ਹੈ। ਮਤਲਬ ਲੋਕਾਂ ਦੀ ਇੱਦਾਂ ਦਾ ਟੈਨਸ਼ਨ ਦੀ ਹਾਲਾਤ ਨਾਲ ਵੀ ਡੈਥ ਹੋਈ। ਡਾਕਟਰ ਮਨਪ੍ਰੀਤ ਕੌਰ, ਮੈਡੀਕਲ ਆਫੀਸਰ, ਸਿਵਲ ਹਸਪਤਾਲ ਸੁਨਾਲਾ। ਉਹ ਹੈਂਗਿੰਗ ਲੱਗਦੀ ਹੈ ਜੀ, ਸੁਸਾਈਡ ਬਾਏ ਹੈਂਗਿੰਗ। ਇਹਦੇ ਵਿੱਚ ਪੇਸ਼ੈਂਟ ਇੱਕ 19 ਸਾਲ ਦਾ ਆਇਆ ਸਾਡੇ ਕੋਲ ਮਾਛੀਵਾੜੇ ਤੋਂ। ਪੇਸ਼ੈਂਟ ਦਾ ਨਾਮ ਹੈਗਾ ਅਵਿਨਾਸ਼, ਸਨ ਆਫ ਦਰਸ਼ਨ ਸਿੰਘ। ਹਾਂਜੀ, ਸਾਡੇ ਕੋਲ ਬ੍ਰੌਡਡ ਸੀਗਾ। ਦੁਬਾਰਾ ਨਾਮ ਤੇ ਰਹਿਣ ਵਾਲਾ ਕਿੱਥੇ ਦਾ ਜੀ? ਇਹ ਹੈਗਾ ਅਵਿਨਾਸ਼, ਮਾਛੀਵਾੜੇ ਦਾ ਪੇਸ਼ੈਂਟ ਆਇਆ ਸੀ ਸਾਡੇ ਕੋਲ। ਮਾਛੀਵਾੜਾ ਸਾਹਿਬ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ ਆਨ ਏਅਰ।